ਉਹ ਸ਼ਹੀਦ ਭਗਤ ਸਿੰਘ ਕਮੇਟੀ ਦੇ ਮੈਂਬਰ ਆ, ਉਹ ਕਹਿੰਦੇ ਸਾਨੂੰ ਮਜਬੂਰ ਨਾ ਕਰੋ, ਤੁਹਾਡਾ ਆਪਣਾ ਮੇਲਾ ਆ ਇਲਾਕੇ ਦਾ, ਇੱਥੋਂ ਗਾਂ ਨਾ ਆਓ, ਆ ਜੋ ਗਾਂ ਆਈ ਜਾਂਦੇ ਆ, ਸਾਨੂੰ ਮਜਬੂਰ ਨਾ ਕਰੋ, ਤੁਹਾਡੀ ਬੇਇੱਜ਼ਤੀ ਹੋ ਗਈ। ਅਸੀਂ ਤੁਹਾਡੀ ਇੱਜ਼ਤ ਕਰਦੇ ਹਾਂ, ਤੁਹਾਡੀ ਇੱਥੇ ਬੱਟੇ ਕਿੱਥੇ ਘੇਰਾਓ ਕਮਾਲਜੀਤ ਨਹੀਂ ਵੀ ਸਾਡੇ ਜਿਹੜੇ ਲਾਈਵ ਵਾਲੇ ਦੋ ਕੀਤੇ ਹੋਏ ਆ ਤਿੰਨ ਵੀਰਾਂ ਵੀਰ ਕੋਈ ਜਿਹੜਾ ਵਾਧੂ ਉਹਨਾਂ ਵਿੱਚ ਆਵੇ ਝੰਡੀ ਦੀ ਕੁਸ਼ਤੀ ਚੱਲਦੀ ਹੈ। ਕੁਲਵੰਤ ਸਿੰਘ, ਕੁਲਵੰਤ ਸਿੰਘ ਜੋ ਡੀਸੀ ਸਾਹਿਬ, ਮੈਂ ਬੇਨਤੀ ਕਰਦਾ ਇੱਕ ਨੰਬਰ ਦੀ ਕੋਸ਼ਿਸ਼ ਜਿਵੇਂ ਕਰੋ ਤਿਆਰੀ। ਮੈਂ ਬੇਨਤੀ ਆ ਵੀ ਸਿਕੰਦਰ ਸ਼ੇਖ ਦੇ ਮੇਜ਼ ਮਤਰਾ ਉਹ ਤਕੜੀ ਕੁਸ਼ਤੀ ਹੈ, ਕਮਲਜੀਤ ਡੁਮਛੇੜੀ ਤੇ ਸਿਕੰਦਰ ਸ਼ੇਖ ਦੀ ਕੁਸ਼ਤੀ ਚੱਲਦੀ ਹੈ, ਬ੍ਰਿਤਪਾਲ ਬਕਾਲਾ ਦੇ ਮਹੇਸ਼ ਮਤਰਾ, ਇਹ ਜਲਦੀ ਨਾਲ ਤਿਆਰੀ ਕਰਕੇ ਵਿੱਚ ਆਓ ਜੀ। ਬਹੁਤ ਧੰਨਵਾਦ ਕੀਤਾ ਜਾ ਰਿਹਾ। ਇੱਧਰ ਕਹਿੰਦੇ ਦੋ ਨੰਬਰ ਦੀ ਝੰਡੀ ਦੀ ਕੁਸ਼ਤੀ ਬੁਲਟ ਤੇ ਚੱਲਦੀ ਹੋਈ, ਆਹ ਕੁਸ਼ਤੀ ਸ਼ਮਸ਼ੇਰ ਸਿੰਘ ਦੀ, ਸਾਨੂੰ ਮਹਿੰਦਰ ਸਿੰਘ ਦੀ ਸਰਾਣਾ, ਸਾਨੂੰ ਸਵਰਗਵਾਸੀ ਸੋਹਣ ਸਿੰਘ ਦੀ ਸਰਾਣਾ ਜੂਕੇ ਵਾਲੇ ਤੇ ਉੱਥੇ 5000 ਰੁਪਇਆ ਜੇਤੂ ਜਿਹਦੇ ਲਈ ਇੱਕ ਵਾਰ ਜਿਹੜਾ ਪਹਿਲਵਾਨ ਜਿੱਤੇਗਾ। ਅਮਰਜੀਤ ਸਿੰਘ ਜੀ ਢੇਸੀ ਜਿਹੜੇ ਜਹਾਜ਼ ਬਣਾਉਂਦੇ ਨੇ ਤੇ ਕੁਲਵੰਤ ਸਿੰਘ ਜੀ ਢੇਸੀ ਯੂਐਸਏ ਵੱਲੋਂ 5000 ਰੁਪਇਆ ਜੇਤੂ ਦੇ ਲਈ। ਨੀਲੇ ਰੰਗ ਦੀ ਗੇਂਦ ਦੇ ਵਿੱਚ ਕਮਲਜੀਤ ਡੁਮਛੇੜੀ ਹੈ ਤੇ ਨਾਭੀ ਰੰਗ ਦੀ ਗੇਂਦ ਦੇ ਵਿੱਚ ਸਿਕੰਦਰ ਸ਼ੇਖ ਹੈ। ਭਾਈ ਭਾਜੀ ਜਿਹੜਾ ਮੋਬਾਈਲ ਨਾਲ ਵੀਡੀਓ ਬਣਾਉਂਦੇ ਆ ਭਾਜੀ, ਦੰਗਲ ਵਿੱਚ ਬੈਠ ਜਾ ਯਾਰ, ਜਾਂ ਤਾਂ ਬੈਠ ਕੇ ਬਣਾ ਲਾ ਭਾਜੀ, ਪਲੀਜ਼ ਯਾਰ। ਉਹ ਬਾਕੀ ਜਿੰਨੇ ਵੀ ਸਾਡੇ ਯਾਰ, ਮੈਂ ਮੋਬਾਈਲ ਵਾਲੇ ਜੋ ਥੱਲੇ ਭਾਈ ਉੱਧਰ ਆਈ ਗਿਆ, ਇਹਨਾਂ ਨੂੰ ਸਵੇਰ ਨੂੰ ਫੋਟੋ ਹੋਇਆ ਪਹੁੰਚਦੀਆਂ ਕਰਦੇ ਬਿਠਾਲ ਦੇ ਪਿੱਛੇ, ਇਹ ਕਮੇਟੀ ਦੇ ਜਿਹੜੇ ਕਮੇਟੀ ਦੇ ਉੱਧਰ ਆਈ ਗਿਆ, ਕਲਾਉਂਦਾ ਉਹਨਾਂ ਨੂੰ ਬੇਇੱਜ਼ਤੀ ਹੈ। ਇਤਵਾਲ ਫਰਵਾਰਾ ਬਾਹਰ ਹੋ ਜਾਓ, 5000 ਰੁਪਇਆ ਲੱਗ ਗਿਆ ਜੇਤੂ ਪਹਿਲਵਾਨ ਦੇ ਲਈ। ਲਾ ਸਾਹਮਣੇ ਕਹਿੰਦੇ ਉੱਪਰਲੇ ਪਾਸੇ ਸਿਕੰਦਰ ਸ਼ੇਖ ਤੇ ਥੱਲੜੇ ਪਾਸੇ ਕਮਲਜੀਤ ਡੁਮਛੇੜੀ। ਇੱਕ ਮਹਾਰਾਸ਼ਟਰ ਤੋਂ ਸਿਕੰਦਰ ਸ਼ੇਖ, ਕਮਲ ਡੁਮਛੇੜੀ, ਬੜੀ ਟੌਪ ਦੀ ਕਿਸ਼ਤੀ ਆ, ਬੜੀ ਟੌਪ ਦੀ ਇਨਾਮੀ ਕਿਸ਼ਤੀ ਆ, ਬੁਲਟ ਮੋਟਰਸਾਈਕਲ ਤੇ। ਵਾਹ ਵੀ ਵਾਹ, ਕਰਮਦੀਨ ਉਹ ਕਰਮਦੀਨ ਬੋਲੀ ਮਾੜਾ ਜਿਹਾ। ਜ਼ਰੂਰ ਜੀ ਜ਼ਰੂਰ, ਚੱਲ ਭਾਈ ਆਪਣਾ ਧਰਮ ਸਮਝ ਕੇ ਇੱਕ ਮਿੰਟ ਨਹੀਂ ਕਰ ਰਹੇ ਆ, ਇਹਨਾਂ ਦੋਵਾਂ ਦਾ ਵੀ ਦਿਲ ਤਹਿ ਦਿਲੋਂ ਧੰਨਵਾਦ। ਬਹੁਤ ਬਹੁਤ ਧੰਨਵਾਦ ਡਾਕਟਰ ਸੁਖਦੇਵ ਜੀ, ਸਾਡੇ ਯੂਐਸਏ ਵਾਲੇ, ਬਹੁਤ ਬਹੁਤ ਧੰਨਵਾਦ ਹੈ। ਲੋ ਮੈਦਾਨ ਵਿੱਚ ਕੁਸ਼ਤੀ ਸ਼ੁਰੂ ਹੋਣ ਚੱਲੀ ਸ਼ੁਰੂ ਹੋਈ ਹੈ ਇਹਨਾਂ ਗੱਭਰੂਆਂ ਦਰਮਿਆਨ। ਇੱਕ ਪਾਸੇ ਸਿਕੰਦਰ ਸ਼ੇਖ ਤੇ ਦੂਜੇ ਪਾਸੇ ਕਮਲਜੀਤ ਡੁਮਛੇੜੀ। ਸਿਕੰਦਰ ਸ਼ੇਖ ਉੱਪਰਲੇ ਪਾਸੇ ਹੈ ਕਿ ਬੰਦੂਕ ਦਾ ਦੁਨੀਆ ਸ਼ੇਰ ਦੀ ਵਿਹਾਰ ਤੋਂ ਦੁਨੀਆ ਡਰਦੀ ਹੈ, ਸੂਰਮਾ ਜਾ ਕੇ ਇਹਦੀ ਤਸਵੀਰ ਤੋਂ ਦੁਨੀਆ ਡਰਦੀ ਹੈ, ਸਰੀਰ ਤੋਂ ਦੁਨੀਆ ਡਰਦੀ ਹੈ, ਫੈਸਲੇ ਨਿਰਪੱਖ ਹੋਣਗੇ। ਸਿਕੰਦਰ ਸ਼ੇਖ ਰਾਜ ਸਾਹਮਣੇ ਕਹਿੰਦੇ ਸਿਕੰਦਰ ਸ਼ੇਖ, ਕਮਲਜੀਤ ਡੁਮਛੇੜੀ ਦੀ ਕੁਸ਼ਤੀ ਚੱਲਦੀ ਹੋਈ। ਰਮੇਸ਼ ਮਥਰਾ ਕਿੱਥੇ ਹੈ? ਰਮੇਸ਼ ਮਥਰਾ ਬਹੁਤ ਸਾਰ ਦੇ ਆ ਗਿਆ ਪ੍ਰਤਵਾਲ, ਤਾੜੀਆਂ ਮਾਰ ਦਿਓ ਮੁੰਡੇ ਦੇ ਲਈ, ਕਦੇ ਦੌਲਤ ਦਾ ਮਾਣ ਨਾ ਕਰੀਏ, ਸਭ ਪੇੜ ਦੇ ਕਾਰਨੇ ਨੇ, ਪੇੜ ਵਾਸਤੇ ਫਿਰਦੇ ਗਰੀਬ ਦਾ ਡਰ, ਪੇੜ ਵਾਸਤੇ ਪੈਂਦੇ ਚਮੜੀ ਤੇ ਪਾਵ ਚ ਸਾਰਦੇ ਨੇ। ਬੱਲੇ 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 ਸਿਕੰਦਰ ਸ਼ੇਖ ਉੱਪਰਲੇ ਪਾਸੇ ਹੈ ਤੇ ਥੱਲੜੇ ਪਾਸੇ ਕਮਲਜੀਤ ਡੁਮਛੇੜੀ ਹੈ। ਆਵੇ ਹਮੇਸ਼ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਆ ਵੀ ਹਮੇਸ਼ ਜਲਦੀ ਪੁੱਜੇ, ਹਮੇਸ਼ ਪਹਿਲਵਾਨ ਜੇ ਆਵਾਜ਼ ਹੁੰਦਾ ਹੈ ਇਹ ਜਲਦੀ ਨਾਲ ਪੁੱਜੇ। ਲੈ ਸਿਕੰਦਰ ਸ਼ੇਖ ਦੇ ਨਾਲ ਕਮਲਜੀਤ ਡੁਮਛੇੜੀ, ਚੱਲਦੀ ਹੋਈ ਕੁਸ਼ਤੀ ਇਹਨਾਂ ਗੱਭਰੂਆਂ ਦਰਮਿਆਨ ਹੈ। ਕਹਿੰਦਾ ਗੁੰਦ ਮੇ ਸਰੀਰ ਹਿੱਕਾਂ ਗੱਜ ਗੱਜ ਚੌੜੀਆਂ, ਮਾਰਦੇ ਨੇ ਡੰਡ ਨਾਲੇ ਖਿੱਚ ਲੜ ਪੌੜੀਆਂ, ਸ਼ੇਰੇ ਗਹਿਲ ਮਜ਼ਾਰੀ ਸ਼ਾਨ ਦੰਗਲਾਂ ਦੀ ਬਣਦੇ, ਕਿ ਮਿਹਨਤਾਂ ਦੇ ਨਾਲ ਯਾਰੋ ਸਿੱਧੇ ਰਹਿਣ ਦੜਦੇ। ਲਾਲ ਕੈਂਚ ਮਹੇਸ਼ ਮਿੱਤਰਾ, ਨੀਲੀ ਕੈਂਚ ਵਿੱਚ ਪ੍ਰਿਤਪਾਲ ਫਗਵਾੜਾ, ਉਮਰ 22 ਸਾਲ, 22ਵਾਂ ਸਾਲ ਲੱਗਾ ਫਰ ਜੀਵਨ ਭਾਜੀ, ਆ ਮਾਈਕ ਦੀ ਆਵਾਜ਼ ਖੋਲਦੇ ਮੇਰਾ ਵੀਰ ਜੀਵਨ ਸਾਠ। ਮੈਂ ਬੇਨਤੀ ਕਰਦਾ ਅਜਮੇਰ ਸਿੰਘ ਸੇਖੋ, ਸਿੱਧੇ ਸਿੰਘ ਸਰਾਣਾ, ਮਹਿੰਦਰ ਸਿੰਘ ਜੀ ਪਿੰਦਰ ਪਿੰਦਾ ਕਲੱਬ ਦਾ ਪਿਓ ਬਣੇ, ਅਜਮੇਰ ਸਿੰਘ ਆ ਜਾਓ, ਹਲੇ ਫੋਟੋ ਖਿਚਾਈਏ, ਨਾਲ ਦੇ ਸਾਹਮਣੇ ਥੋੜੇ ਜਿਹੇ ਪਿੱਛੇ ਨੂੰ ਆ ਜਾਓ, ਪਲੀਜ਼ ਦੇ ਪਾਸੇ ਨੂੰ ਹੋ ਜਾਓ ਥੋੜੇ ਥੋੜੇ, ਨਹੀਂ ਨਹੀਂ ਗਏ ਨਹੀਂ, ਹੋ ਜਾਓ ਪਿੱਛੇ ਨੂੰ ਹੋ ਕੇ, ਆ ਜਿਹੜੇ ਦੇ ਸਟੇਜ ਦੇ ਸਾਹਮਣੇ ਆ ਥੋੜੇ ਪਿੱਛੇ ਨੂੰ ਆ ਜਾਓ। ਲੈ ਜੀ
ਜੀ ਕੁਸ਼ਤੀ ਕਹਿੰਦੇ ਸਿਰਾ ਹੋਣ ਲੱਗੀ ਹੈ ਚਲ ਕੁਲਦੀਪ ਚਲੋ ਆ ਜਾਓ ਕੁਲੇ ਹੈਲੋ ਕੁਲਦੀਪ ਭਾਈ ਹਾਂਜੀ ਕੁਸ਼ਤੀ ਕਹਿੰਦੇ ਸਿਰਾ ਚੱਲਦੀ ਹੈ ਉੱਪਰਲੇ ਪਾਸੇ ਸਿਕੰਦਰ ਸ਼ੇਖ ਥੱਲੜੇ ਪਾਸੇ ਮੈਂ ਬੰਦਰ ਜੀ ਦੇ ਦੂਮ ਛੇੜੀ ਹੈ ਤੇ ਆ ਕੁਸ਼ਤੀ ਸਟੇਜ ਦੇ ਸੱਜੇ ਪਾਸੇ ਬ੍ਰਿਤਪਾਲ ਫਗਵਾੜਾ ਤੇ ਮੇਸ਼ ਮਫਰੇ ਦੀ ਸ਼ੁਰੂ ਹੋਣ ਲੱਗੀ ਹੈ ਕਿਵੇਂ ਤੇ ਗੱਡੀ ਤੇ ਇਹ ਗੱਡੀ ਜਿਹੜੀ ਹੈ ਸਰਦਾਰ ਸ਼ਮਸ਼ੇਰ ਸਿੰਘ ਜੀ ਸਰਾਣਾ ਸਾਨੂੰ ਸਰਦਾਰ ਮਹਿੰਦਰ ਸਿੰਘ ਜੀ ਸਰਾਣਾ ਸਾਨੂੰ ਸਰਦਾਰ ਬੇਨਤੀ ਹੈ ਸਾਰੇ ਵੀਰ ਘੁੰਮ ਫਿਰ ਕੇ ਪਲੀਜ਼ ਯਾਰ ਦਰਸ਼ਕ ਬੜੀ ਦੂਰ ਤੋਂ ਪੁੱਜੇ ਹੋਏ ਆ ਸਾਰੇ ਵੀਰ ਘੁੰਮ ਫਿਰ ਕੇ ਘੁੰਮ ਫਿਰ ਕੇ ਬਹੁਤ ਬਹੁਤ ਧੰਨਵਾਦ ਹੋਏਗਾ ਘੁੰਮ ਫਿਰ ਕੇ ਲਓ ਨੌਂਦਰ ਕੱਢੀ ਹੋਈ ਹੈ ਅਮੇਸ਼ ਬਥਰਾ ਜੀ ਹਾਂ ਅਖਾੜਾ ਇਹਨਾਂ ਦਾ ਨੀਲੋ ਖੜਾ ਅਮੇਸ਼ ਜੀ ਆ ਪਟਕਾ ਅਸੀਂ ਬੰਨ ਲਿਆ ਕਹਿੰਦੇ ਰੁਪੋ ਆਪਦੀ ਛਿੰਝਾ ਪਟਕਾ ਛਿੰਝਾਂ ਵਿੱਚੋਂ ਛਿੰਝ ਸੁਣਦੀ ਰੁਪੋ ਬਹੁਤ ਜਿਹੜਾ ਇੱਥੋਂ ਪਟਕਾ ਲੈ ਜੂ ਕੋਵਿਡ ਕਾਲ ਦੀ ਕੋਈ ਜੇਲ੍ਹ 'ਚ ਪਾ ਕੇ ਫਿਰਦੇ ਆ ਸਾਡੇ ਮਿੰਦਰ ਸਿੰਘ ਸਰਾਣਾ ਸਾਹਿਬ ਹੈਲੋ ਦੇਖ ਕੇ ਬਈ ਬੜੇ ਧਿਆਨ ਦੇ ਨਾਲ ਪਿੱਛੇ ਹਟ ਜਾਓ ਥੋੜ੍ਹਾ ਜਿਹਾ ਡਾਕਟਰ ਜੀ ਜਿਹੜੀ ਪਟਕੇ ਦੀ ਕੁਸ਼ਤੀ ਆ ਨਿਸ਼ਾਨ ਸਾਹਿਬ ਦੇ ਪਰਲੇ ਪਾਸੇ ਜਿੱਥੇ ਗੁਰਦੀਪ ਸਿੰਘ ਜੀ ਖੜੇ ਆ ਤਾਂ ਕਿ ਇੱਧਰ ਵੀ ਦੇ ਸਕੇ ਬੱਚੇ ਕੁਝ ਪਟਕੇ ਦੀ ਕੁਸ਼ਤੀ ਥੋੜ੍ਹਾ ਜਿਹਾ ਪਰੇ ਨੂੰ ਕਰਵਾਓ ਗੁਰਦੀਪ ਸਿੰਘ ਜੀ ਪਰੇ ਨੂੰ ਲੈ ਜਾਓ ਲਓ ਆ ਲੈ ਕੇ ਹੋ ਰਹੀ ਹੈ ਦੋ ਨੰਬਰ ਦੀ ਥੋੜ੍ਹਾ ਜਿਹਾ ਜਸਵੰਤ ਸਿੰਘ ਕੋਲਾ ਤੇ ਹਰਮੇਸ਼ ਸਿੰਘ ਦੇਸੀ ਪਾਸ਼ੇਰ ਸਾਹਿਬ ਕਰਾਓ ਥੋੜ੍ਹਾ ਜਿਹਾ ਬੜੇ ਜ਼ਿੰਮੇਵਾਰ ਬੰਦੇ ਆ ਇਹਨਾਂ ਨੇ ਕੋਸ਼ਿਸ਼ ਦਾ ਆਰ ਪਾਰ ਦੀ ਕੋਸ਼ਿਸ਼ ਕਰ ਕੇ ਛੱਡ ਲਗੇ ਜਿਹੜੀ ਵੀ ਪੜ ਕੇ ਰੋਲਾ ਥੋੜ੍ਹਾ ਜਿਹਾ ਰੋਕਦੇ ਡਾਕਟਰ ਜੀ ਸਰਾਣਾ ਆ ਰਹੇ ਆ ਉਹਨਾਂ ਨੇ ਆਪਣਾ ਇਹਨਾਂ ਦਾ ਫੋਟੋ ਕਰਾਉਣੀ ਆ ਪਟਕੇ ਦੀ ਕੁਸ਼ਤੀ ਮਹਿੰਦਰ ਸਿੰਘ ਜੀ ਸਰਾਣਾ ਅਜਮੇਰ ਸਿੰਘ ਜੀ ਸਰਪੰਚ ਸਾਹਿਬ ਚੰਨਵੇਂ ਨਾਲ ਪਹੁੰਚ ਕੇ ਫੋਟੋ ਕਰਵਾਉਣ ਤੋਂ ਬਾਅਦ ਸ਼ੁਰੂ ਕਰਵਾ ਦਿਓ ਰਵੀ ਜੱਸਾ ਜੋਰ ਤਲਵਣ ਵਾਲਾ ਜਿਹੜਾ ਪਹਿਲਵਾਨ ਜਿੱਤੇਗਾ 500 ਦੇ ਵੱਡੇ ਮਾਨ ਸਨਮਾਨ ਹੋਣਗੇ ਜਿਹੜਾ ਪਹਿਲਵਾਨ ਜਿੱਤੇਗਾ ਜੱਸਾ ਜੋਰ ਜਿਹਨੂੰ ਦੇ ਉਹਨੇ 500 ਰੁਪਏ ਆ ਹਾਂਜੀ ਰਵੀ ਹਿੰਦਪਾਲ ਸਿੰਘ ਜੀ ਜਿਹੜੇ ਟਾਫੀਆਂ ਦੀ ਸੇਵਾ ਕਰਦੇ ਆ ਇਹ ਵੀ ਜਿੱਤਣ ਵਾਲੇ ਪਹਿਲਵਾਨ ਤੋਂ ਹੈ ਜੱਸੇ ਵੀਰ ਦੇ ਵੱਲੋਂ ਹਿੰਦਪਾਲ ਹੋਣਾ ਦੇ ਵੱਲੋਂ ਵੀ 500 ਰੁਪਏ ਆ ਜੇਤੂ ਪਹਿਲਵਾਨ ਦੇ ਲਈ ਲਾ ਵੱਡੀ ਜ਼ਿੰਮੇਵਾਰੀ ਬਣ ਗਈ ਹੈ ਲਾ ਕੁਸ਼ਤੀ ਕਹਿੰਦੇ ਸਿਰਾ ਹੋ ਗਈ ਹੈ 500 ਰੁਪਏ ਹਿੰਦਪਾਲ ਜੀ ਉਹਨਾਂ ਦੇ ਵੱਲੋਂ ਤੇ 500 ਰੁਪਏ ਹਿੰਦਪਾਲ ਜੀ ਇੰਡਸਟਰੀ ਲੁਧਿਆਣੇ ਵਾਲੇ ਇਹਨਾਂ ਦੇ ਵੱਲੋਂ ਪਟਕੇ ਵਾਲੇ ਪਹਿਲਵਾਨ ਜਿੱਤਣ ਦੇ ਲਈ 500 ਦਿੱਤਾ ਜਾਣਾ ਆ ਜਾ ਸਟੇਜ ਦੇ ਲਾਗੇ ਲਾ ਪ੍ਰਿੰਸੀਪਲ ਫਗਵਾੜਾ ਤੇ ਉਮੇਸ਼ ਮਫਰੇ ਦੀ ਕੁਸ਼ਤੀ ਜਿਹੜੀ ਸ਼ੁਰੂ ਹੋਣ ਲੱਗੀ ਹੈ ਆਹ ਕੁਸ਼ਤੀ ਸਰਦਾਰ ਸ਼ਮਸ਼ੇਰ ਸਿੰਘ ਤਾਂ ਮਹਿੰਦਰ ਸਿੰਘ ਜੀ ਸਰਾਣਾ ਸਵਰਗਾ ਸੀ ਸੋਹਣ ਸਿੰਘ ਜੀ ਸਰਾਣਾ ਜਿਹਨਾਂ ਦੇ ਕਿ ਯਾਦ ਨੂੰ ਸਮਰਪਿਤ ਇਹ ਵੱਡਾ ਮਾਣ ਜਿਹੜਾ ਦਿੱਤਾ ਗਿਆ ਆਪਣੇ ਪੋਤਰੇ ਦੀ ਖੁਸ਼ੀ ਦੇ ਵਿੱਚ ਇੱਕ ਕਵਿਟ ਗੱਡੀ ਹੈ ਤੇ ਨਾਲ ਕਹਿੰਦੇ ਬੁਲਟ ਮੋਟਰਸਾਈਕਲ ਹੈ ਯਾਦਗਾਰੀ ਤਸਵੀਰ ਹੋ ਰਹੀ ਹੈ ਸਾਰੇ ਚਿਹਰਿਆਂ ਦੇ ਨਾਲ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਲਓ ਸਾਹਮਣੇ ਪ੍ਰਿੰਸੀਪਲ ਫਗਵਾੜਾ ਤੇ ਉਮੇਸ਼ ਮਫਰੇ ਦਾ ਯੁੱਧ ਸ਼ੁਰੂ ਹੋਣ ਲੱਗਾ ਉਧਰਲੇ ਪਾਸੇ ਸਿਕੰਦਰ ਸ਼ੇਖ ਉੱਪਰਲੇ ਪਾਸੇ ਹੈ ਤੇ ਥੱਲੜੇ ਪਾਸੇ ਕਮਲਜੀਤ ਟੂਮ ਛੇੜੀ ਹੈ 10 ਮਿੰਟ ਤੋਂ ਉੱਪਰ ਟਾਈਮ ਹੋ ਗਿਆ ਚਲਦੀ ਕੁਸ਼ਤੀ ਨੂੰ ਸਾਡੇ ਗੁਰਬਾਤ ਸਿੰਘ ਜੀ ਦੱਸ ਕੇ ਗਏ ਆ ਰਵੀ ਆ ਕੁਸ਼ਤੀ ਲਈ ਦੇਖ ਰੇਖ ਦੇ ਲਈ ਸਾਡੇ ਜਸਵੰਤ ਸਿੰਘ ਜੀ ਢੋਲਾ ਤੇ ਹਰਮੇਰ ਸਿੰਘ ਜੀ ਢੇਸੀ ਦੇਖ ਰੇਖ ਕਰਨਗੇ ਰਵੀ ਉਹਦੇ ਸੋਰ ਤੇ ਹਰਮੇਰ ਸਿੰਘ ਜੀ ਢੇਸੀ ਦਾ ਨਾਮ ਜਸਵੰਤ ਸਿੰਘ ਜੀ ਢੋਲਾ ਢੋਲੇ ਵੀਰੋ ਆਓ ਕੁਸ਼ਤੀ ਦੀ ਦੇਖ ਰੇਖ ਕਰੋ ਕੁਸ਼ਤੀ ਸ਼ੁਰੂ ਕਰਾਓ ਇਹ ਟਾਈਮ ਦੱਸ ਦਿਓ ਕੀ ਹੈ ਢੋਲਾ ਜੀ ਢੋਲਾ ਜੀ ਟਾਈਮ ਲਓ ਜੀ ਮੈਂ ਮਾਜੀ ਲਾਲ ਕੈਂਚ ਵਿੱਚ ਉਮੇਸ਼ ਬਥਰਾ ਨੀਲੀ ਕੈਂਚ ਵਿੱਚ ਪ੍ਰਿੰਸੀਪਲ ਫਗਵਾੜਾ ਇਸ ਨਗਰ ਦੀ ਪੜਕ ਦੀ ਕੁਸ਼ਤੀ ਹੋ ਰਹੀ ਆ ਬੜੀ ਕਾਂਡੇ ਦਾ ਅਗਰ ਤੁਸੀਂ ਮਹਾਰਾਸ਼ਟਰ ਜਾਂ ਮੱਧ ਪ੍ਰਦੇਸ਼ ਕੁਸ਼ਤੀ ਲਿਖਣ ਜਾਓ ਤਾਂ 2000 ਦੀ ਟਿਕਟ ਲੈਣੀ ਪੈਂਦੀ ਆ ਵੈਲਕਮ ਬੈਕ ਕਾਂਡੇ ਯਾਰ ਹੋਰ ਲੱਗ ਗਿਆ ਜਿੱਤਣ ਵਾਲੇ ਪਹਿਲਵਾਨ ਦੇ ਲਈ ਸਾਡੇ ਵੀਰ ਜਹਾਜ਼ ਜਿਹੜੇ ਬਣਾਉਂਦੇ ਆ ਅਮਰਜੀਤ ਸਿੰਘ ਜੀ ਢੇਸੀ ਯੂਐਸਏ ਦੇ ਕਲਵੰਤ ਸਿੰਘ ਜੀ ਢੇਸੀ ਉਹਨਾਂ ਕੁਸ਼ਤੀਆਂ ਦੇ ਲਈ 5-5 ਹਜ਼ਾਰ ਹੋ ਗਿਆ ਜੇਤੂ ਪਹਿਲਵਾਨਾਂ ਦੇ ਲਈ ਤੇ ਸਾਡੇ ਇਸ ਨਗਰ ਦੀਆਂ ਵੱਡੀਆਂ ਦੋ ਸ਼ਖਸੀਅਤਾਂ ਨੇ ਮਾਸਟਰ ਜਗਦੀਸ਼ ਜੀ ਉਹਨਾਂ ਦਾ ਬਹੁਤ ਵੱਡਾ ਧੰਨਵਾਦ ਹੈ ਉੱਥੇ ਵੱਡਾ ਧੰਨਵਾਦ ਕੀਤਾ ਜਾ ਰਿਹਾ ਸਾਡੇ ਸੁਖਦੇਵ ਸ਼ਰਮਾ ਜੀ ਇਸ ਪਰਿਵਾਰ ਦਾ ਵੀ ਵੱਡਾ ਧੰਨਵਾਦ ਹੈ ਨਾਮ ਪਿੰਡਾ ਪਿੰਡ ਆਈ ਸੀ ਸੀ ਗੰਗਾ ਨਗਰ ਰਾਜਸਥਾਨ ਦੇ ਵੱਲੋਂ ਦੋਨਾਂ ਪਹਿਲਵਾਨਾਂ ਦੇ ਲਈ 25-25
ਹੈ ਸਾਡੇ ਪਹਿਲਵਾਨ ਵਾਲੇ ਸਾਰੇ ਭਰਾਵਾਂ ਦੇ ਵੱਲੋਂ ਜੇਤੂ ਪਹਿਲਵਾਨ ਦੇ ਲਈ ਹੈ। ਹਾਂਜੀ 500 ਆ ਗਿਆ ਤੇ 1000 ਹੋ ਗਿਆ ਜਸਰ ਪਹਿਲਵਾਨ ਦੇ ਵੱਲੋਂ। ਰਵੀ ਡਾਕਟਰ ਸੁਖਦੇਵ ਜੀ ਆ ਲਓ 500 ਹੋਰ ਲਾ ਲਓ ਜਸਰ ਪਹਿਲਵਾਨ ਦੇ ਵੱਲੋਂ 1000 ਕਰ ਦਿੱਤਾ। ਜੇਤੂ ਪਹਿਲਵਾਨ ਦੇ ਲਈ 500 ਪਹਿਲਾਂ ਆਇਆ ਸੀ 500 ਹੋਰ ਆ ਗਿਆ 1000। ਵਾਹ ਵੀ ਗੱਲ ਹੈ ਮੈਦਾਨ ਦੇ ਵਿੱਚ ਕੁਸ਼ਤੀ ਜਿਹੜੀ ਸ਼ੁਰੂ ਹੋ ਗਈ ਉੱਧਰ ਅਮੇਸ਼ ਮਥੁਰਾ ਤੇ ਨਾਲ ਰਿਤਪਾਲ ਫਗਵਾੜਾ ਇੱਧਰ ਸਿਕੰਦਰ ਸ਼ੇਖ ਉੱਪਰਲੇ ਪਾਸੇ ਹੈ ਤੇ ਹੇਠਲੇ ਪਾਸੇ ਕਮਲਜੀਤ ਡੁਮਛੇੜੀ ਹੈ। ਬੜੀ ਵਧੀਆ ਕੁਸ਼ਤੀ ਚੱਲੀ ਹੈ ਕਿ ਜਦ ਲੋਹਾ ਕੱਟਦਾ ਲੋਹੇ ਨੂੰ ਫਿਰ ਭਾਂਬੜ ਮਜੇ ਚਗਿਆਰਾਂ ਨੇ ਹਰ ਰਾਜੇ ਖੇਲੇ ਫਸਲੇ ਦੀ ਜਿੱਤ ਹੁੰਦੀ ਮੁੱਲ ਪੈਂਦਾ ਨੀ ਫੋਕੇ ਲਲਕਾਰਿਆਂ ਦਾ ਮੁੱਲ ਪੈਂਦਾ ਨੀ ਫੋਕੇ ਲਲਕਾਰਿਆਂ ਦਾ। ਵਾਲੇ ਕੈਮਰੇ ਵਾਲੇ ਥੋੜਾ ਬਹੁਤ ਫੜ ਗਏ ਮਾਰਦੇ ਜੋਰ ਜੋਰ ਪਹਿਲਵਾਨ।
ਸੁਰਜੀਤ ਗਰੇਵਾਲ ਦੇ ਵੱਲੋਂ ਤੇ ਨਵੀਂ ਭਾਜੀ ਵੱਲੋਂ 500 ਰੁਪਇਆ ਇਹਨਾਂ ਦਾ ਵੱਡਾ ਮਾਨ ਸਮਾਨ ਪੁੱਜਦਾ ਹੋਇਆ ਮਹਾਰਾਜ ਆਪੇ ਜੀ ਸਾਹਮਣੇ ਦੇਖਾਂਗੇ ਸਿਕੰਦਰ ਸ਼ੇਖ ਉੱਪਰਲੇ ਪਾਸੇ ਹੈ ਤੇ ਇਧਰਲੇ ਪਾਸੇ ਦੇਖਾਂਗੇ ਪ੍ਰਤਪਾਲ ਫੁਗਾਰਾ ਆਹ ਕੁਸ਼ਤੀ ਨੂੰ 2 ਮਿੰਟ ਰਹਿ ਗਏ ਅਭੀ ਚਲਦੀ ਹੈ ਕੁਸ਼ਤੀ ਕਮਲਜੀਤ ਦੁਮਛੜੀ ਦੀ ਤੇ ਸਿਕੰਦਰ ਸ਼ੇਖ ਦੀ ਕੁਸ਼ਤੀ ਨੂੰ 2 ਮਿੰਟ ਦਾ ਟਾਈਮ ਬਾਕੀ ਰਹਿ ਗਿਆ ਇਧਰ ਰਮੇਸ਼ ਮਕਰਾ ਤੇ ਪ੍ਰਤਪਾਲ ਫੁਗਾਰੇ ਦੀ ਕੁਸ਼ਤੀ ਚੱਲਦੀ ਹੋਈ ਐਨ ਕਹਿੰਦੇ 1 ਨੰਬਰ ਦੀ ਕੋਟ ਗੱਡੀ ਤੇ ਗੱਡੀ ਆ ਜਿਹੜੇ ਮਾਨ ਦਿੱਤੇ ਜਾਣਗੇ ਮਹਾਰਾਜ ਆਫਿਸ ਵੱਲੋਂ ਸ਼ਾਬਾਸ਼ ਵਾਹ ਵੀ ਵਾਹ ਜੱਦ ਕਹਿੰਦੇ ਹੋ ਰਿਹਾ ਪੂਰਾ ਕਮਲਜੀਤ ਦੁਮਛੜੀ ਤੇ ਸਿਕੰਦਰ ਸ਼ੇਖ ਮਹਾਰਾਸ਼ਟਰ ਦੂਜੇ ਪਾਸੇ ਅਮੇਸ਼ ਮਥਰਾ ਖੜਾ ਲੀਲੂ ਪਹਿਲਵਾਨ ਦਾ ਲੜ ਪਰ ਹਰਿਆਣਾ ਤੇ ਨਾਲ ਆ ਕਹਿੰਦੇ ਪ੍ਰਿੰਸੀਪਲ ਫਗਵਾੜੇ ਵਾਲਾ ਬੜੀ ਵਧੀਆ ਕੁਸ਼ਤੀ ਚੱਲਦੀ ਹੈ ਇਹਨਾਂ ਗੱਭਰੂਆਂ ਦਰਮਿਆਨ ਵਾਕਿਆ ਸਮੇਂ ਦੀ ਬਾਤ ਹੈ ਜਿੱਤੂ ਕੌਣ ਹਾਰੂ ਕੌਣ ਇਹ ਸਮੇਂ ਦੀਆਂ ਗੱਲਾਂ ਹੈ ਕਹਿੰਦਾ ਜਦੋਂ ਜਦੋਂ ਵੀ ਮਾਮਾ ਦੀ ਗੱਲ ਚੱਲਦੀ ਹੈ ਜ਼ਿਕਰ ਜ਼ਰੂਰੀ ਹੁੰਦਾ ਕੁਸ਼ਤੀ ਦੀ ਪਹਿਲਵਾਨੀ ਦਾ ਉਂਝ ਤਾਂ ਮਿੱਤਰੋ ਸਭ ਤੇ ਜਵਾਨੀ ਆਉਂਦੀ ਹੈ ਪਰ ਟਾਵੇਂ ਟਾਵੇਂ ਗੱਭਰੂ ਪਾਉਂਦੇ ਮੁੱਲ ਜਵਾਨੀ ਦਾ ਕਿ ਡੰਡ ਬੈਠਕਾਂ ਲਾ ਕੇ ਰੋਸਾ ਕੈਂਪ ਬਣਾਉਣਾ ਪੈਂਦਾ ਹੈ ਮੰਜ਼ਿਲ ਵਾਲਾ ਰਸਤਾ ਹੁੰਦਾ ਕਦੋਂ ਆਸਾਨੀ ਦਾ ਸੋਨੂੰ ਕਿਰਲਗੜ ਵਾਲਿਆ ਮੁੱਲ ਪੈਜੂ ਲੱਖਾਂ ਚ ਪਹਿਲਾਂ ਵੇਖ ਸਮਝ ਕੇ ਮੁੱਲ ਜਵਾਨੀ ਦਾ ਪਹਿਲਾਂ ਵੇਖ ਸਮਝ ਕੇ ਮੁੱਲ ਜਵਾਨੀ ਦਾ ਜੋ ਡਾਵਾਂ ਤੋਂ ਰਹਿੰਦੀਆਂ ਕਬੀਲਦਾਰੀਆਂ ਘਰ ਵਿੱਚ ਬੰਦੇ ਸੂ ਜਵਾਨ ਤੋਂ ਬਿਨਾਂ ਉਹ ਕਦੇ ਨਾ ਚੱਲਣ ਹੱਟੀਆਂ ਸੱਚੀ ਅਤੇ ਮਿੱਠੀ ਜੀ ਜਵਾਨ ਤੋਂ ਬਿਨਾਂ ਇਹ ਜਿੱਦਾਂ ਦੇ ਵੱਡੇ ਜਿੱਥੇ ਪੈਸਾ ਮਿਲਦਾ ਨੇੜੇ ਵੀ ਨਾ ਜਾਈਏ ਇਸੇ ਕੰਮ ਧੰਦੇ ਦੇ ਨਹਾ ਕੇ ਜਿਹੜਾ ਨਿੱਕਰ ਧਵਾਉਂਦਾ ਹੈ ਧੀ ਤੋਂ ਫਿੱਟੇ ਮੋਹੇ ਜਾਂ ਸਲੱਗ ਬੰਦੇ ਦੇ 5000 ਰੁਪਇਆ ਸਾਡੇ ਵੀਰ ਅਮਰਜੀਤ ਸਿੰਘ ਜੀ ਢੇਸੀ ਰਾਜਾਂ ਵਾਲੇ ਦੇ ਨਾਲ ਕਲਵੰਤ ਸਿੰਘ ਜੀ ਢੇਸੀ USA ਦੋਨਾਂ ਕੁਸ਼ਤੀਆਂ ਦੇ ਵਿੱਚ ਜਿਹੜਾ ਪਹਿਲਵਾਨ ਜਿੱਤੇਗਾ 5-5 ਹਜ਼ਾਰ ਦੇ ਵੱਡੇ ਮਾਨ ਸਨਮਾਨ ਦਿੱਤੇ ਜਾਣਗੇ ਉੱਥੇ ਸਾਡਾ ਵੀਰ ਜੀਤਾ ਢੇਸੀ ਸਾਬਕਾ ਸਰਪੰਚ ਸਾਹਿਬ ਦਾ ਵੀ ਬਹੁਤ ਵੱਡਾ ਧੰਨਵਾਦ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਵੱਡੇ ਮਾਨ ਦਿੱਤੇ ਆ ਲਵੇ ਘੁੰਮ ਫਿਰ ਲਓ ਸਾਰੇ ਵੀਰ ਘੁੰਮ ਫਿਰ ਕੇ ਆਪਾਂ ਆਨੰਦ ਚੱਕੀਏ ਲਓ ਕੁਸ਼ਤੀ ਕਹਿੰਦੇ ਪੂਰੇ ਜ਼ੋਰ ਦੀ ਚੱਲਦੀ ਹੈ ਇਸ ਵੇਲੇ ਰਮੇਸ਼ ਸਿਕੰਦਰ ਸ਼ੇਖ ਤੇ ਕਮਲਜੀਤ ਦੁਮਛੜੀ ਪੁਆਇੰਟ ਤੇ ਕੁਸ਼ਤੀ ਚੱਲਦੀ ਹੈ ਦੋਨਾਂ ਪਹਿਲਵਾਨਾਂ ਨੂੰ ਬੇਨਤੀ ਆ ਵੀ ਲੰਗੋਟ ਕੁਸ਼ਤੀ ਜਿਹੜੀ ਪੁਆਇੰਟ ਤੇ ਸ਼ੁਰੂ ਹੋਣ ਚੱਲੀ ਹੈ ਕਹਿੰਦਾ ਰਹਿੰਦੀ ਦੁਨੀਆ ਸਲਾਮਾ ਫਿਰ ਕਰਦੀ ਹੁੰਦਾ ਜਿਹੜਿਆਂ ਸਰੀਰਾਂ ਵਿੱਚ ਜੋਰ ਬਈ ਅੰਜ ਪੈਸੇ ਤੇ ਲੈ ਸਭ ਲੁੱਟ ਸਕਦਾ ਨਾ ਮਿਹਨਤ ਨੂੰ ਕਹਿੰਦੇ ਸਾਡੇ ਚੋਰ ਜੀ ਸਟੇਜ ਤੇ ਰਿਪੋਰਟ ਚੋਰੀ ਚੋਰੀ ਮਾਂ ਦੀ ਤੇ ਹੱਲਾ ਸ਼ੇਰੀ ਬੰਦ ਅਕਬਾਲ ਸੀ ਅਕਬਾਲ ਜੀ ਨੇ ਕਿੱਥੇ ਆ ਗਈ ਅਕਬਾਲ ਜੀ ਦੇ ਸਟੇਜ ਤੇ ਸਟੇਜ ਦੇ